ਜਰਮਨ ਸਿੰਘ ਐਂਡ ਆਮ ਫਰੋਂ ਬੇਰੀਵਿਟ ਡਿਸਟ੍ਰਿਕਟ ਉੱਤਰ ਪ੍ਰਦੇਸ਼ ਐਂਡ ਟੂਡੇ ਆ ਰੀਸੀਵਡ ਮਾਈ ਕੈਨੇਡੀਅਨ ਸਟੱਡੀ ਵੀਜ਼ਾ ਬਾਈ ਦੀ ਹੈਲਪ ਆਫ ਮਿਸਟਰ ਬਲ ਜੀਸਰ ਮਿਸਟਰ ਹਰਮੀਰ ਸਰ ਐਂਡ ਮਿਸਟਰ ਹਰਨੇਕ ਸਿੰਘ ਅੰਦਾਵਾ ਆਮ ਵੈਰੀ ਥੈਂਕਫੁਲ ਟੂ ਥੈਮ ਐਂਡ ਆ ਵੁੱਡ ਜੈਸਟ ਟੂ ਆਲ ਮਾਈ ਫਰੈਂਡਸ ਐਂਂਡ ਲੇਟੇਸਟ ਟੂ ਵਿ ਵਿਜ਼ਿਟ ਬੇਓਰਸੀਜ਼ ਆਫ ਬਲ ਸੋਸਤਿਕਲ ਜੀ ਸਾਰੇ ਵੀਰਾਂ ਨੂੰ ਗੁਰੂ ਮਹਾਰਾਜ ਮੇਰਕੀ ਸਾਰੀ ਚੌਥੀ ਕਲਾਸ ਰੋ ਜੀ ਤੁਸੀਂ ਇਹ ਛੋਟਾ ਜਿਹਾ ਵੀਡੀਓ ਦੇਖਿਆ ਵੀਰ ਦਾ ਇਹ ਵੀਰ ਦਾ ਸਟੂਡੈਂਟ ਵੀਜ਼ਾ ਲੱਗਾ ਕੈਨੇਡਾ ਦਾ ਔਰ ਇਹ ਵੀਰ ਯੂਪੀ ਦੇ ਪਿਲਬੀਤੋਂ ਹੈ ਸੋ ਗੁਰਮਹਾਰ ਦੀ ਕਿਰਪਾ ਨਾਲ ਵੇਵ ਓਵਰਸੀਜ਼ ਅੰਬਾਲਾ ਕੈਂਟ ਨੇ ਇਹਨਾਂ ਦਾ ਜਿਹੜਾ ਕੇਸ ਹੈ ਪ੍ਰੋਸੈਸਿੰਗ ਕੀਤਾ ਸੀਗਾ ਔਰ ਸਕਸੈਸਫੁਲ ਹੋਏ ਨੇ ਔਰ ਇਸ ਵੀਰ ਦਾ ਕੈਨੇਡਾ ਦਾ ਵੀਜ਼ਾ ਲੱਗਾ ਸੋ ਆਪਾਂ ਰੀਸੈਂਟ ਟਾਈਮ ਦੇ ਵਿੱਚ ਦੇਖਿਆ ਕਾਫੀ ਜਿਹੜੇ ਵੀਰ ਨੇ ਜਿਹੜੇ ਜਿਨ੍ਹਾਂ ਦੇ ਆਇਲਟਸ ਦੇ ਵਿੱਚ ਵਧੀਆ ਨੰਬਰ ਨਹੀਂ ਆਉਂਦੇ ਜਾਂ ਕਿਸੇ ਵੀ ਵਜ੍ਹਾ ਕਰਕੇ ਆਇਲਟਸ ਤੇ ਮੀਂਹ मतलब ਉਹਨਾਂ ਦੇ ਸਕੋਰ ਕੱਟ ਆਉਂਦੇ ਹੈ ਜਾਂ ਅ ਸਹੀ ਏਜੰਟ ਨਾਮਿਲਨ ਕਰਕੇ ਸਹੀ ਪ੍ਰੋਪਰ ਜਗਾਤਾ ਹਾਂ ਫਾਈਲ ਨਹੀਂ ਲਗਾ ਪਾਉਂਦੇ ਆਪਾਂ ਬਹੁਤ ਵਾਰ ਆਪਣੇ ਵੀਡੀਓ ਤੇ ਆਹੀ ਦੱਸਿਆ ਤੁਹਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਆਪਾਂ ਕਿਸੇ ਵੀ ਬੰਦੇ ਨੂੰ ਉਦੋਂ ਤੱਕ ਰਿਕਰੂਟ ਨਹੀਂ ਕਰਦੇ ਜਦ ਤੱਕ ਸਾਨੂੰ 101% ਸ਼ਿਉਰਟੀ ਨਾ ਹੋਵੇ ਕਿ ਬੰਦੇ ਸਹੀ ਨੇ ਚੋਰ ਠੱਗ ਨਹੀਂ ਹੈ ਬਹੁਤ ਮਤਲਬ ਬਿਲਕੁਲ ਠੀਕ ਠਾਕ ਸਹੀ ਕੰਮ ਕਰਦੇ ਨੇ ਸੋ ਇਹੋ ਜਿਹੇ ਸੈਂਕੜੇ ਐਗਜ਼ਾਮਪਲ ਸਾਡੇ ਕੋਲ ਹੈ ਕਿ ਨੇ ਜਿਹੜੇ ਸਾਡੇ ਆਪਣੇ ਏਰੀਆ ਦੇ ਜਿਵੇਂ ਜਮਨਾਗਰ ਤੋਂ ਅੰਬਾਲੇ ਤੋਂ ਪੰਜਾਬ ਤੋਂ ਸ਼ਿਮਲੇ ਤੋਂ ਸਾਊਥ ਇੰਡੀਆ ਤੋਂ ਦਿੱਲੀ ਤੋਂ ਬੰਬਈ ਤੋਂ ਔਰ ਹੁਣ ਤੁਸੀਂ ਦੇਖ ਰਹੇ ਹੋ ਯੂਪੀ ਤੋਂ ਉੱਤਰਾਖੰਡ ਤੋਂ ਇਧਰੋਂ ਵੀ ਜੋ ਨਾ ਉਹ ਫਾਈਲਸ ਜਿਹੜੀਆਂ ਨੇ ਉਹ ਵੇਵ ਓਵਰ ਸੀਜ਼ ਅੰਬਾਲਾ ਕੈਂਟ ਤੋਂ ਲਗਵਾਈਆਂ ਜਾ ਰਹੀਆਂ ਨੇ ਕਿਉਂਕਿ ਤੁਸੀਂ ਉਹਨਾਂ ਤੋਂ ਅਗਰ ਨਾਮ ਲੈ ਕੇ ਗੱਲ ਕਰਦੇ ਹੋ ਕਿ ਜੀ ਅਸੀਂ ਫਲਾਨੀ ਜਗ੍ਹਾ ਰਹਿੰਦੇ ਆਂ ਔਰ ਅਸੀਂ ਸ਼ਾਇਦ ਆ ਨਹੀਂ ਸਕਦੇ ਲੇਕਿਨ ਉਹ ਤੁਹਾਨੂੰ ਫੋਨ ਤੇ ਹੀ ਸਾਰੀ ਇਨਫੋਰਮੇਸ਼ਨ ਦੇ ਦੇਣਗੇ ਔਰ ਤੁਹਾਡੇ ਤੋਂ ਜੋ ਇਨਫੋਰਮੇਸ਼ਨ ਲੈਣਗੇ ਉਹਦੇ ਹਿਸਾਬ ਨਾਲ ਉਹ ਦੱਸ ਦਿੰਗੇ ਤੁਹਾਡੀ ਫਾਈਲ ਲੱਗ ਸਕਦੀ ਹੈ ਨਹੀਂ ਲੱਗ ਸਕਦੀ ਕਿੰਨੇ ਬੈਂਡ ਦੀ ਰਿਕੁਆਇਰਮੈਂਟ ਹੈ ਕਿਹੜਾ ਕੋਰਸ ਤੁਹਾਡੇ ਵਾਸਤੇ ਸਹੀ ਹੈ ਸੋ ਮੈਂ ਅਕਸਰ ਕਹਿੰਦਾ ਹਾਂ ਕਿ ਜੇ ਤੁਹਾਨੂੰ ਤੁਸੀਂ ਮਤਲਬ 1 ਮਿੰਟ ਵਾਸਤੇ ਇਹ ਸੋਚ ਕੇ ਚੱਲ ਰਹੇ ਹੋ ਕਿ ਨਹੀਂ ਅਸੀਂ ਕੇਸ ਕਿਸੇ ਤੋਂ ਹੋਰ ਤੋਂ ਲਗਵਾਉਣਾ ਕੇਸ ਵੀ ਨਹੀਂ ਲਗਵਾਉਣਾ ਜੀ ਈਵਨ ਥੈਨ ਫਿਰ ਵੀ ਅਗਰ ਤੁਹਾਨੂੰ ਕਿਸੇ ਚੀਜ਼ ਦੀ ਪ੍ਰੋਪਰ ਗਾਈਡੈਂਸ ਚਾਹੀਦੀ ਹੈ ਕਿਹੜਾ ਕੋਰਸ ਕਿਹੜਾ ਕਾਲਜ ਸਾਡੇ ਵਾਸਤੇ ਸਾਡੇ ਵਾਸਤੇ ਵਧੀਆ ਕਿੱਥੇ ਕੰਮ ਮਿਲਣ ਦੇ ਚਾਂਸੇ ਨੇ ਕਿੱਥੇ ਨਹੀਂ ਕਿੱਥੇ ਪੀ ਐਨ ਪੀ ਪੀ ਆਰ ਪਹਿਲਾਂ ਲੱਗੇਗੀ ਜਲਦੀ ਲੱਗੇਗੀ ਬਾਅਦਸ ਲੱਗੇਗੀ ਉਹ ਸਾਰੀਆਂ ਚੀਜ਼ਾਂ ਤੁਸੀਂ ਵੇਵ ਹੋਰਸਿਸ ਅੰਬਾਲਾ ਕੈਂਟ ਨੂੰ ਕਾਲ ਕਰਕੇ ਤੇ ਪੁੱਛ ਸਕਦੇ ਹੋ ਉਹਨਾਂ ਦਾ ਜੋ ਫੋਨ ਨੰਬਰ ਹੈ ਵੀਰ ਬਲਜੀਤ ਸਿੰਘ ਜੀ ਦਾ ਜੋ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਜਾਂ ਵੀਰ ਹਰਮਿਤ ਸਿੰਘ ਜੀ ਜਿਹੜਾ ਕਿ ਆਇਲੈਂਡਸ ਦਾ ਇੰਸਟੀਚੂਟ ਚਲਾਉਂਦੇ ਨੇ ਸੋ ਦੋਨਾਂ ਦੇ ਨੰਬਰ ਜਿਹੜੇ ਨੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਔਰ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਹਾਈਲਾਈਟਸ ਬਾਰੇ ਤੇ ਜੋ ਵੀਜ਼ਾ ਦੀ ਪ੍ਰੋਸੈਸਿੰਗ ਹੈ ਤੁਹਾਡਾ ਕੋਰਸ ਹੈ ਤੁਹਾਡਾ ਕਿਹੜੇ ਸ਼ਹਿਰ ਜਾਣਾ ਚਾਹੁੰਦੇ ਹੋ ਕਿਹੜੇ ਕਾਲਜ ਜਾਣਾ ਚਾਹੁੰਦੇ ਹੋ ਕਿੰਨੀ ਫੀਸ ਹੈ ਫੀਸ ਸਟਰਕਚਰ ਕੀ ਹੈ ਕਿੰਨੇ ਟਾਈਮ ਦੇ ਵਿੱਚ ਕੰਮ ਹੁੰਦਾ ਹੈ ਉਹ ਸਾਰੀ ਜੋ ਇਨਫੋਰਮੇਸ਼ਨ ਹੈ ਤੁਸੀਂ ਇਹ ਨੰਬਰ ਤੇ ਜੋ ਹੈ ਵਿਰ ਬਲਜੀਤ ਸਿੰਘ ਜੀ ਦੇ ਨੰਬਰ ਤੇ ਕਾਲ ਕਰਕੇ ਲੈ ਸਕਦੇ ਹੋ ਔਰ ਬਹੁਤ ਇਹੋ ਜਿਹੇ ਸਾਡੇ ਕੋਲ ਕੇਸਿਸ ਨੇ ਕਿ ਜਿਹੜੇ ਮਤਲਬ ਦਿੱਲੀ ਦੇ ਵਿੱਚ ਦੇਖੋ ਕਿ ਉੱਥੇ ਬਹੁਤ ਦੁਨੀਆ ਭਰ ਦੇ ਏਜੰਟ ਨੇ ਲੇਕਿਨ ਇੱਕੜਾ ਵਿਸ਼ਵਾਸ ਹੁੰਦਾ ਹੈ ਉਹ ਇਸ ਤਰ੍ਹਾਂ ਬਣਿਆ ਹੋਇਆ ਹੈ ਵੇਵ ਓਵਰਸੀਜ਼ ਦਾ ਕਿ ਇਹ ਸਾਨੂੰ ਮਿਸ ਗਾਈਡਿੰਗ ਕਰਨਗੇ ਬਿਲਕੁਲ ਗਲਤ ਗਾਈਡਿੰਗ ਨਹੀਂ ਕਰਨਗੇ ਔਰ ਬੇਸ਼ਮਾਰ ਬੱਚੇ ਸਾਡੇ ਜਿਹੜੇ 3 ਪੁੱਤ ਨੇ ਉਹ ਬਾਹਰ ਆਏ ਨੇ ਔਰ ਅਗਰ ਤੁਸੀਂ ਵੀ ਫਾਈਲ ਲਗਾਉਣਾ ਚਾਹੁੰਦੇ ਹੋ ਤੇ ਇੱਕ ਵਾਰ ਜਰੂਰ ਤੁਸੀਂ ਕਾਲ ਕਰ ਲਓ ਇਹਨਾਂ ਨੂੰ ਹਾਈਲਾਈਟਸ ਕਰਨਾ ਚਾਹੁੰਦੇ ਹੋ ਦੇ ਆਰ ਵਨ ਆਫ ਦਾ ਬੈਸਟ ਇਨ ਦਾ ਬਿਜ਼ਨਸ ਉਹਨਾਂ ਬਹੁਤ ਵਧੀਆ ਇਹਨਾਂ ਦਾ ਇੰਸਟੀਚਿਊਟ ਹੈ ਪਰਮਜੀਤ ਸਿੰਘ ਦੀ ਵਨ ਆਫ ਦਾ ਬੈਸਟ ਟੀਚਰ ਹਾਈਲਟਸ ਦੇ ਤੁਸੀਂ ਇਹਨਾਂ ਤੋਂ ਹਾਈਲਟਸ ਦਾ ਕੋਚਿੰਗ ਲੈ ਸਕਦੇ ਹੋ ਔਰ ਨੈਕਸਟ ਲੈਵਲ ਤੁਸੀਂ ਉੱਥੋਂ ਆਪਣੀ ਜਿਹੜੀ ਫਾਈਲ ਦੀ ਪ੍ਰੋਸੈਸਿੰਗ ਵੀ ਕਰਾ ਸਕਦੇ ਹੋ ਸੋ ਗੁਰਮਹਾਰਜ ਮੇਰ ਕਰੇ ਅਗਰ ਕੋਈ ਮੇਰੇ ਲਈ ਕੁਐਸਚਨ ਹੈ ਤੁਸੀਂ ਮੈਨੂੰ ਵੀ ਡ੍ਰੌਪ ਕਰ ਸਕਦੇ ਹੋ ਬਾਕੀ ਵੇਵਓਰ ਸਿਮ ਅੰਬਾਲਾ ਕੈਂਟ ਦਾ ਜੋ ਪ੍ਰੋਪਰ ਐਡਰੈਸ ਹੈ ਉਹ ਵੀ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੈ ਇਸ ਟਾਈਮ ਜਿਹੜੇ ਪੰਜਾਬ ਤੋਂ ਆਉਣੇ ਵਾਲੇ ਨੇ ਅੰਬਾਲਾ ਕੈਂਟ ਉਤਰ ਕੇ ਤੇ ਮਹੇਸ਼ ਨਗਰ ਇੱਕ ਜਗਾ ਪੈਂਦੀ ਹੈ ਮਹੇਸ਼ ਨਗਰ ਦੇ ਵਿੱਚ ਤੁਸੀਂ SBI ਦੀ ਜਿਹੜੀ ਬ੍ਰਾਂਚ ਹੈ ਉੱਥੇ ਆ ਕੇ ਬ੍ਰਹਮ ਕੁਮਾਰੀ ਚੌਂਕ ਇੱਕ ਜਗ੍ਹਾ ਬ੍ਰਹਮ ਕੁਮਾਰੀ ਚੌਂਕ ਤੇ ਆ ਕੇ ਤੁਸੀਂ SBI ਦੀ ਜਿਹੜੀ ਬ੍ਰਾਂਚ ਹੈ ਉਹਦੇ ਟੌਪ ਫਲੋਰ ਤੇ ਇਹਨਾਂ ਦਾ ਆਫਿਸ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਆ ਕਾਫੀ ਵੀਰ ਨੇ ਜਿਹੜੇ ਪੰਜਾਬ ਤੋਂ ਆ ਕੇ ਹੋਰ ਅਲੱਗ-ਅਲੱਗ ਸਟੇਟ ਤੋਂ ਆ ਕੇ ਇੱਥੇ ਫਾਈਲ ਲਗਵਾਉਂਦੇ ਨੇ ਔਰ ਮਹਾਰਾਜ ਦੀ ਕਿਰਪਾ ਨਾਲ ਸਕਸੈਸਫੁਲ ਹੁੰਦੇ ਨੇ ਔਰ ਬਾਹਰ ਆ ਕੇ ਆਪਣੀ ਆਪਣੀ ਪਰਿਵਾਰ ਦੀ ਜ਼ਿੰਦਗੀ ਜੋਬੇਤਰ ਬਣਾਉਂਦੇ ਸੋ ਇਸ ਵੀਰ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਨੇ ਇਹਨਾਂ ਨੇ ਮੇਰੇ ਨਾਲ UP ਤੋਂ ਹੀ ਗੱਲ ਕੀਤੀ ਸੀਗੀ ਔਰ ਆਪਣੀ ਤਰਫੋਂ ਜੋ ਇਹਨਾਂ ਨੂੰ ਆਪਾਂ ਸੁਝਾ ਸਕਦੇ ਕੀਤਾ ਹੋਰ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਬੱਚੇ ਦਾ ਜੋ ਵੀਜ਼ਾ ਲੱਗਿਆ ਵੀਸ਼ ਯੂ ਆਲ ਦਾ ਵੈਰੀ ਬੈਸਟ ਸਸ਼ੀ ਕਲਚ